14 नवंबर 2018 ਨੂੰ ਇੱਕ ਅਮਰੀਕੀ ਨਾਗਰਿਕ ਜੌਨ ਐਲਨ ਚਾਓ ਨਾਂ ਦਾ ਇੱਕ ਭਾਰਤ ਦੇ ਮਸ਼ਵਾਰੇ ਨੂੰ 25,000 ਰੁਪਏ ਦੀ ਰਿਸ਼ਵਤ ਦੇ ਕੇ ਭਾਰਤ ਦੇ ਇੱਕ ਆਈਲੈਂਡ ਦੇ ਉੱਪਰ ਇਲੀਗਲ ਤਰੀਕੇ ਦੇ ਨਾਲ ਜਾਂਦਾ ਤੇ ਇਸ ਆਈਲੈਂਡ ਨੂੰ ਆਪਾਂ ਨਾਰਥ ਸੈਂਟੀਨਲ ਆਈਲੈਂਡ ਦੇ ਨਾਂ ਤੋਂ ਜਾਣਦੇ ਹਾਂ ਤੇ ਇਸੇ ਆਈਲੈਂਡ ਦੇ ਉੱਪਰ ਦੁਨੀਆ ਦੀ ਆਖਰੀ ਅਨਕੰਟੈਕਟਡ ਟ੍ਰਾਈਬ ਰਹਿੰਦੀ ਹੈ ਯਾਨੀ ਕਿ ਇਹ ਲੋਕ ਦੁਨੀਆ ਦੇ ਟੱਚ ਦੇ ਵਿੱਚ ਹੀ ਨਹੀਂ ਆਏ ਪਿਛਲੇ ਕਈ ਹਜ਼ਾਰ ਸਾਲਾਂ ਤੋਂ ਜਿਹੜਾ ਇਹ ਜੌਨ ਐਲਨ ਚਾਓ ਹੁੰਦਾ ਹੈ ਇਹ ਕ੍ਰਿਸਚੀਅਨ ਧਰਮ ਨੂੰ ਬਹੁਤ ਮੰਨਦਾ ਤੇ ਇਹਦਾ ਇੱਕ ਮਿਸ਼ਨ ਹੁੰਦਾ ਕਿ ਇਹ ਇਸ ਟ੍ਰਾਈਬ ਦੇ ਲੋਕਾਂ ਨੂੰ ਦੱਸੇਗਾ ਕ੍ਰਿਸਚੀਅਨ ਧਰਮ ਦੇ ਬਾਰੇ ਤੇ ਜਦੋਂ ਇਹ ਪਹਿਲੀ ਵਾਰੀ ਉਸ ਆਈਲੈਂਡ ਦੇ ਉੱਪਰ ਜਾਂਦਾ ਪਹਿਲਾਂ ਤਾਂ ਇਹਨੂੰ ਡਰਾ ਧਮਕਾ ਕੇ ਵਾਪਸ ਭੇਜ ਦਿੰਦੇ ਆ ਦੂਜੀ ਵਾਰੀ ਜਦੋਂ ਇਹ ਦੂਜੀ ਸਾਈਡ ਤੋਂ ਜਾਂਦਾ ਤਾਂ ਇਹ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਇਹਨੂੰ ਜੀਸਸ ਨੇ ਭੇਜਿਆ ਤੇ ਉਸ ਟ੍ਰਾਈਬ ਦੇ ਲੋਕ ਇਹਦੇ ਉੱਪਰ ਤੀਰ ਕਮਾਨ ਦੇ ਨਾਲ ਇੱਕ ਤੀਰ ਸ਼ੂਟ ਕਰਦੇ ਆ ਜਿਹੜਾ ਕਿ ਇਹਦੀ ਬਾਈਬਲ ਦੇ ਵਿੱਚ ਲੱਗਦਾ ਇਹ ਡਰ ਕੇ ਵਾਪਸ ਭੱਜ ਜਾਂਦਾ ਤੇ ਜਦੋਂ ਇਹ ਤੀਜੀ ਵਾਰੀ ਜਾਂਦਾ ਤਾਂ ਉਦੋਂ ਬਾਅਦ ਜਿਹੜਾ ਮਸ਼ਵਾਰਾ ਇਹਨੂੰ ਛੱਡਣ ਗਿਆ ਹੁੰਦਾ ਉਹ ਦੇਖਦਾ ਕਿ ਜਿਹੜੇ ਇਹ ਲੋਕ ਹੁੰਦੇ ਆ ਇਸ ਟ੍ਰਾਈਬ ਦੇ ਉਹ ਇੱਕ ਬਾਡੀ ਨੂੰ ਦਫਨਾ ਰਹੇ ਹੁੰਦੇ ਆ ਤੇ ਕੱਪੜੇ ਦੇਖ ਕੇ ਉਹਨੂੰ ਪਤਾ ਲੱਗ ਜਾਂਦਾ ਕਿ ਇਹ ਜੌਨ ਐਲਨ ਚਾਓ ਦੀ ਬਾਡੀ ਆ ਕਈ ਵਾਰੀ ਭਾਰਤ ਦੀ ਸਰਕਾਰ ਨੇ ਵੀ ਇਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਆ ਪਰ